ਫਤਿਹਵੀਰ ਦਾ ਹਜੇ ਵੀ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ। ਹੁਣ ਹਜੇ ਵੀ ਫਤਿਹਵੀਰ ਨੂੰ ਬੋਰਵੈਲ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਦੇਰੀ ਬਹੁਤ ਜ਼ਿਆਦਾ ਹੋ ਰਹੀ ਹੈ। ਸਾਡੇ ਨਾਲ ਇਸੇ ਪਿੰਡ ਦੇ ਇੱਕ ਨੌਜਵਾਨ ਸਰਬਜੀਤ ਸਿੰਘ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਇਹਨਾਂ ਨੇ ਕੁਝ ਟੈਕਨੀਕਲ ਪੁਆਇੰਟ ਦੱਸੇ ਨੇ ਕਿ ਕੀ ਰੀਜ਼ਨ ਹੋ ਸਕਦੇ ਨੇ ਇਸ ਦੇਰੀ ਦੇ। ਭਾਅ ਜੀ, ਕੀ ਰੀਜ਼ਨ ਹੋ ਸਕਦਾ ਹੈ, ਕਿਉਂਕਿ ਦੇਖੋ ਲਗਾਤਾਰ ਦੇਰੀ ਹੋ ਰਹੀ ਹੈ ਰੈਸਕਿਊ ਕਰਨ ਦੇ ਵਿੱਚ? ਐਕਚੁਲੀ ਜੀ, ਅਕੋਰਡਿੰਗ ਟੂ ਮੇਰੇ ਜੋ ਮੈਂ ਲੋਜੀਕਲੀ ਇੱਕ ਫੈਕਟ ਸੋਚ ਕੇ ਆਇਆ ਘਰੋਂ, ਮੈਂ ਐਕਚੁਲੀ ਘਰ ਬੈਠਾ, ਮੈਨੂੰ ਨੀਂਦ ਨਹੀਂ ਸਾਰੀ ਰਾਤ। ਮੈਂ ਹੁਣ ਵੀ ਮੈਂ ਘਰ ਉੱਠ ਕੇ ਸਪੈਸ਼ਲੀ ਫਿਰ ਆਇਆ ਅਗੇਨ। ਲਾਈਕ ਮੈਨੂੰ ਇੱਕ ਲੋਜੀਕਲੀ ਫੈਕਟ ਆਇਆ, ਜੇ ਆਪਾਂ ਮੰਨ ਲਓ ਇਹ ਬੋਰ ਸਿੱਧਾ ਕੀਤਾ ਹੋਇਆ, ਜਿਹੜਾ ਤਾਂ ਆਪਾਂ ਪੈਰਲਰ ਬੋਰ ਕਰ ਰਹੇ ਹਾਂ, ਅਗਰ ਆਪਾਂ ਇੱਕ ਮੰਨ ਲਓ ਉਹ 5 ਫੁੱਟ ਦੀ ਦੂਰੀ ਹੈ, ਚਲੋ ਇਹ ਪੈਰਲਰ ਬੋਰ ਹੁੰਦਾ ਹੁੰਦਾ ਥੱਲੇ ਜਾ ਕੇ ਇਹਨਾਂ ਨੂੰ ਸ਼ੋਰਟ ਹੀ ਨਹੀਂ ਕਿ ਬੋਰ ਸਿੱਧਾ ਹੋਇਆ ਜਾਂ ਰੋਟੇਸ਼ਨ 'ਚ ਹੋਇਆ। ਲਾਈਕ ਅਗਰ ਆਪਾਂ ਉੱਤੋਂ 1 ਇੰਚ ਦਾ ਡਿਸਟੈਂਸ ਛੱਡਦੇ ਹਾਂ, ਜੇ ਬੋਰ ਥੱਲੇ ਤੱਕ 1 ਫੁੱਟ ਦੇ ਅੰਦਰ 1 ਇੰਚ ਦਾ ਡਿਸਟੈਂਸ ਪੈਂਦਾ 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 ਨੀਚੇ ਤੱਕ 120 ਇੰਚ ਦਾ ਡਿਸਟੈਂਸ ਪੈ ਜਾਏਗਾ, 120 ਇੰਚ ਯਾਨੀ ਕਿ 10 ਫੁੱਟ। ਅਗਰ ਇਹ 2 ਇੰਚ ਦਾ ਵੀ ਡਿਸਟੈਂਸ ਪੈਂਦਾ ਪਾ ਰਹੇ ਨੇ ਲਾਈਕ, ਤਾਂ ਨੀਚੇ ਜਾ ਕੇ ਇਹ ਡਿਸਟੈਂਸ ਵਧੂਗਾ ਜੀ ਲਾਈਕ 240 ਇੰਚ, ਤੋਂ ਇਹ ਹੋ ਗਿਆ 20 ਫੁੱਟ। ਅਤੇ ਇਹ ਲੋਜੀਕਲ ਇਫੈਕਟ ਹੈ ਕਿ ਇਹਨਾਂ ਨੂੰ ਐਕਚੁਲੀ ਐਗਜੈਕਟ ਲੋਕੇਸ਼ਨ ਫਤਿਹਵੀਰ ਦੀ ਬੋਰ ਦੇ ਵਿੱਚ ਪਤਾ ਨਹੀਂ, ਜਿਹੜਾ ਇਹਨਾਂ ਨੇ ਪੈਰਲਰ ਬੋਰ ਕੀਤਾ ਉਹਦੀ ਐਗਜੈਕਟ ਲੋਕੇਸ਼ਨ ਡੂੰਘਾਈ ਤੋਂ ਨਹੀਂ ਪਤਾ ਵੀ ਕਿੱਥੇ ਹੈ, ਕਿੰਨਾ ਡਿਸਟੈਂਸ ਆ ਫਤਿਹਵੀਰ ਸਿੰਘ ਅਤੇ ਇਹਨਾਂ ਦੇ ਬੋਰ ਦੇ ਵਿੱਚ। ਇੱਕ ਜਿਹੜੇ ਖੁਦਾਈ ਕਰ ਰਹੇ ਸੀ ਉਹਨਾਂ ਵੱਲੋਂ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਸੀ ਕਿ ਹਜੇ ਵੀ ਜਿਹੜਾ ਮਿੱਟੀ ਹੈ ਜਿਹੜੀ ਉਸ ਕਰਕੇ ਦਿੱਕਤ ਆ ਰਹੀ ਹੈ, ਅਤੇ ਹੋਰ ਵੀ ਬੋਰ ਹੋ ਸਕਦੇ ਨੇ ਉਸ ਜਿਸ ਬੋਰ ਦੇ ਵਿੱਚ ਫਤਿਹਵੀਰ ਫਸਿਆ। ਕੀ ਇਹ ਵੀ ਲੌਜਿਕ ਹੋ ਸਕਦਾ? ਦੇਖੋ ਜੀ, ਇਹ NDRF ਕੁਛ ਨੌਲੇਜ ਉਹਨਾਂ ਨੂੰ ਵੱਧ ਹੋਊ ਮੇਰੇ ਨਾਲੋਂ, ਮੈਂ ਨਹੀਂ ਕਹਿ ਸਕਦਾ, ਪਰ ਹੋ ਸਕਦਾ ਉਹ ਸਹੀ ਕਹਿ ਰਹੇ ਨੇ। ਬਟ ਮੈਂ ਆਪਣੇ ਅਕੋਰਡਿੰਗ ਜੋ ਮੈਂ ਘਰ ਬੈਠੇ ਸੋਚਿਆ ਜੀ, ਜੇ ਆਪਾਂ ਫਤਿਹਵੀਰ ਨੂੰ ਫਾਇੰਡ ਆਊਟ ਕਰਨ ਦਾ ਇੱਕ ਲੋਜੀਕਲ ਤਰੀਕਾ ਇੱਕ ਹੋਰ ਵੀ ਦੇਖੀਏ, ਅਗਰ ਉਹ ਪੋਸੀਬਲ ਹੋ ਗਿਆ ਤਾਂ ਮੈਨੇ ਇੱਕ ਲੋਜੀਕਲ ਤਰੀਕਾ ਹੋਰ ਦੇਖਿਆ ਸੋਚਿਆ ਜੀ ਘਰ, ਕਿ ਆਪਾਂ ਇੱਕ ਲਾਈਵ ਲੋਕੇਸ਼ਨ ਲੈ ਕੇ ਉਸ ਪਾਈਪ ਦੇ ਵਿੱਚ ਪਾਈਏ ਫਤਿਹਵੀਰ ਸਿੰਘ ਦੀ। ਲਾਈਕ ਜਿਵੇਂ ਆਪਾਂ ਵਟਸਐਪ 'ਤੇ ਸਮਟਾਈਮ ਕਿਸੇ ਨੂੰ ਲਾਈਵ ਲੋਕੇਸ਼ਨ ਭੇਜ ਦਿੰਦੇ ਹਾਂ ਜੀ, ਠੀਕ ਹੈ ਜੀ, ਉਹ ਲਾਈਵ ਲੋਕੇਸ਼ਨ ਫਤਿਹਵੀਰ ਸਿੰਘ ਕੋਲ ਭੇਜੀਏ ਜੀ, ਅਤੇ ਉੱਧਰੋਂ ਉਹੀ ਲਾਈਵ ਲੋਕੇਸ਼ਨ ਦੂਸਰੇ ਪੈਪ ਵਿੱਚ ਦੀ ਪਾਈਏ, ਦੈਨ ਆਪਾਂ ਇੱਕ ਲੌਂਗੀਟਿਊਡ ਨਾਲ ਲੈਟੀਟਿਊਡ ਨਾਲ ਦੇਖ ਲਈ ਕਿ ਉਹਨਾਂ ਦੇ ਵਿੱਚ ਡਿਸਟੈਂਸ ਕਿੰਨਾ, ਤਾਂ ਜੋ ਆਪਾਂ ਨੂੰ ਪਤਾ ਲੱਗੂ ਇਹ ਪੈਪ ਤੋਂ ਇਹ ਪੈਪ ਦਾ ਡਿਸਟੈਂਸ ਕਿੰਨਾ ਜੀ। ਇੱਕ ਤੁਸੀਂ ਜਿਸ ਬੋਰਵੈਲ ਦੀ ਗੱਲ ਕਰ ਰਹੇ ਸੀਗੇ, ਦੱਸ ਰਹੇ ਸੀ ਕਿ ਦੋਵੇਂ ਜਿਹੜੇ ਫੋਟੋਜ਼ ਸ਼ੇਅਰ ਹੋਏ ਸੀ, ਹੈ ਨਾ, ਉਹਨਾਂ ਦੇ ਵਿੱਚ ਫਰਕ ਸੀ, ਉਹ ਕੀ ਫਰਕ ਹੈ? ਐਕਚੁਲੀ ਮੇਰੇ ਕੋਲ ਜੀ ਜਦੋਂ ਫਤਿਹਵੀਰ ਸਿੰਘ ਲਾਈਕ ਵੀਰਵਾਰ ਨੂੰ ਡਿੱਗਿਆ ਗਿਆ ਜੀ, ਉਸ ਟਾਈਮ ਵੀ ਮੇਰੇ ਗਰੁੱਪ 'ਚ ਇੱਕ ਮੇਰੇ ਕੋਲ ਵੀਡੀਓ ਆਈ ਸੀ ਜੀ, ਅਤੇ ਉਹ ਗਰੁੱਪ 'ਚ ਜਦੋਂ ਮੈਂ ਵੀਡੀਓ ਨੋਟਿਸ ਕੀਤੀ ਜੀ, ਤਾਂ ਉਹ ਵੀਡੀਓ ਲਾਈਕ ਇੱਦਾਂ ਜੀ, ਆਹ ਦੇਖੋ ਜੀ, ਆਹ ਫਰਾਈਡ ਨੂੰ ਵੀ ਮੇਰੇ ਕੋਲ ਵੀਡੀਓ ਹੈ ਜੀ, ਆਹ ਫਤਿਹਵੀਰ ਸਿੰਘ ਜਦੋਂ ਗਿਰਿਆ ਜੀ, ਆਹ ਸਿੰਪਲ ਇੱਕ ਪਾਈਪ ਹੈ ਜਿਹਦੇ ਵਿੱਚ ਲਾਈਕ ਕੋਈ ਸੁਰਾਖ ਨਹੀਂ ਹੈਗੇ, ਤੁਸੀਂ ਪਾਈਪ ਦੇਖ ਸਕਦੇ ਹੋ। ਬਟ ਜਦੋਂ ਫਰਾਈਡੇ ਦੀ ਸ਼ਾਮ ਨੂੰ ਮੈਂ ਇੱਥੇ ਆ ਕੇ ਖੁਦ ਵਿਜ਼ਿਟ ਕੀਤਾ ਜੀ, ਅਤੇ ਮੇਰੇ ਕੋਲ ਇੱਕ ਮੈਨੇ ਉੱਥੋਂ ਦੈਟ ਟਾਈਮ ਫੋਟੋ ਦੇਖੀ ਜੀ, ਅਤੇ ਉਸ ਟਾਈਮ ਮੈਨੇ ਜਦੋਂ ਇਹ ਫੋਟੋ ਦੇਖੀ, ਫਤਿਹਵੀਰ ਸਿੰਘ ਜਿਹੜੇ ਪਾਈਪ 'ਚ ਸਟੱਕ ਆ ਉਹਦੇ ਅਨਸਾਈਡਾਂ 'ਤੇ ਸੁਰਾਖ ਹੈ, ਯਾਨੀ ਕਿ ਫਿਲਟਰ ਵਾਲਾ ਪਾਈਪ ਹੈ। ਪਹਿਲਾਂ ਇੱਕ ਨੋਰਮਲ ਪਾਈਪ ਸੀ ਜੀ, ਹੁਣ ਇਹ ਫਿਲਟਰ ਵਾਲਾ ਪਾਈਪ ਹੈ। ਅਕੋਰਡਿੰਗ ਟੂ ਜੋ ਫਿਲਟਰ ਵਾਲਾ ਪਾਈਪ ਹੁੰਦਾ ਉਹ ਸਿੰਪਲ ਪਾਈਪ ਤੋਂ ਥੱਲੇ ਹੁੰਦਾ, ਹਾਂ, ਅਤੇ ਇਹ ਇਸ ਕਰਕੇ ਆਈ ਥਿੰਕ ਫਤਿਹਵੀਰ ਸਿੰਘ ਹੋਰ ਨਹੀਂ ਥੋੜ੍ਹਾ ਜਿਹਾ ਨੀਚੇ ਗਿਆ ਚੁੱਕਿਆ ਹੈ, ਮਤਲਬ ਉਹ ਹੋਰ ਖਿਸਕ ਚੁੱਕਿਆ ਹੈ ਆਪਣੀ ਪੋਜੀਸ਼ਨ, ਕਿਉਂਕਿ ਇਹ ਪੋਜੀਸ਼ਨ ਜੋ ਹੈਗੀ ਹੈ ਇਹ ਸ਼ੁੱਕਰਵਾਰ ਦੀ ਰਾਤ ਦੀ ਪੋਜੀਸ਼ਨ ਸੀ, ਔਰ ਜੋ ਮੇਰੇ ਕੋਲ ਆਹ ਪੋਜੀਸ਼ਨ ਦੀ ਵੀਡੀਓ ਆਈ ਸੀ ਇਹ ਵੀਰਵਾਰ ਦੀ ਸੁਬਹਾ ਦੀ ਪੋਜੀਸ਼ਨ ਸੀ, ਤਾਂ ਇਟ ਮੀਨ ਟੂ ਸੇ ਕਿ 24 ਘੰਟਿਆਂ ਵਿੱਚ ਫਤਿਹਵੀਰ ਸਿੰਘ ਥੋੜ੍ਹਾ ਜਿਹਾ ਨੀਚੇ ਗਿਆ, ਜਾਂ ਤਾਂ ਕੁਛ ਗਲਤੀਆਂ ਕਰਕੇ ਨੀਚੇ ਗਿਆ, ਲਾਈਕ ਜਿਨ੍ਹਾਂ ਨੇ ਆਪਣੇ ਆਪਣੇ ਹਿਟ ਐਂਡ ਟ੍ਰਾਇਲ ਤੁੱਕੇ ਤੀਰ ਐਂਡ ਤੁੱਕੇ ਮਾਰੇ ਸੀ ਫਤਿਹਵੀਰ ਸਿੰਘ ਨੂੰ ਕੱਢਣ ਲਈ, ਉਹਦੇ ਕਰਕੇ ਫਤਿਹਵੀਰ ਸਿੰਘ ਹੋਰ ਨੀਚੇ ਚਲਾ ਗਿਆ। ਤੁਸੀਂ ਆਪਣੇ ਬਾਰੇ ਵੀ ਦੱਸ ਦਿਓ, ਕੀ ਕਰਦੇ ਹੋ ਤੁਸੀਂ, ਇੰਜੀਨੀਅਰ ਹੋ ਜਾਂ ਫਿਰ ਕੁਝ? ਨਹੀਂ, ਮੈਂ ਐਕਚੁਅਲੀ ਸਰ MSCIT ਦਾ ਸਟੂਡੈਂਟ ਹਾਂ, ਅਤੇ ਲਾਈਕ ਮੈਂ ਟੈਕਨੀਕਲ ਲਾਈਨ 'ਚ ਫੀਲਡ 'ਚ ਹਾਂ, ਅਤੇ ਮੈਂ ਫਿਲਹਾਲ ਤਾਂ ਕੁਛ ਨਹੀਂ ਕਰਦਾ, ਮੈਂ ਆਪਦੀ ਫਾਦਰ ਸਾਹਿਬ ਨਾਲ ਬਿਜ਼ਨਸ 'ਚ ਰਨ ਆਊਟ ਕਰ ਰਿਹਾ। ਬਟ ਮੈਨੂੰ ਇਹ ਚੀਜ਼ ਜਦੋਂ ਫਤਿਹਵੀਰ ਸਿੰਘ ਹੋਇਆ ਮੇਰੇ ਖਾਸ ਇੱਕ ਸ਼ਹਿਰ ਸੁਨਾਮ ਦਾ, ਤਾਂ ਮੈਨੂੰ ਵੀ ਫੀਲ ਹੋਇਆ, ਸਾਰੇ ਇੱਥੇ ਲੋਕਾਂ ਨੂੰ ਵੀਰ ਭਾਈ ਖੜ੍ਹੇ ਨੇ, ਸਾਰਿਆਂ ਨੂੰ ਫੀਲ ਹੋਇਆ ਕਿ ਇੱਕ ਬੱਚਾ, ਛੋਟਾ ਜਿਹਾ ਬੱਚਾ ਜਿਹਨੂੰ ਕੁਛ ਹਜੇ ਕੁਛ ਪਤਾ ਹੀ ਨਹੀਂ ਦੁਨੀਆ ਬਾਰੇ, ਲਾਈਕ ਉਹ ਡਿੱਗਿਆ ਤੋਂ ਪ੍ਰਸ਼ਾਸਨ ਤੋਂ ਇੰਨੀਆਂ ਗਲਤੀਆਂ ਹੋ ਰਹੀਆਂ ਨੇ ਕਿ ਉਹਨੂੰ ਹਜੇ ਤੱਕ ਕੱਢ ਹੀ ਨਹੀਂ ਸਕ ਰਹੀ। ਇਹ ਹੁਣ ਗਲਤੀਆਂ ਜ਼ਿਆਦਾ ਪ੍ਰਸ਼ਾਸਨ ਦੀਆਂ ਹੋ ਰਹੀਆਂ ਨੇ, ਜਾਂ ਉਹਨਾਂ ਕੋਲ ਪ੍ਰੋਪਰ ਇਕਵਿਪਮੈਂਟ ਹੀ ਨਹੀਂ ਹੈਗੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ, ਕਿਉਂਕਿ ਅੱਜ ਤੋਂ 13 ਸਾਲ ਪਹਿਲਾਂ ਪ੍ਰਿੰਸ ਡਿੱਗ ਗਿਆ ਸੀ ਜੀ, ਅਤੇ ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਦੁਰਘਟਨਾ ਵਾਪਰੀ ਹੈ। ਬਟ ਇਹਨਾਂ ਤੋਂ 13 ਸਾਲਾਂ ਦੇ ਵਿੱਚ ਇਕਵਿਪਮੈਂਟ ਐਵੇਂ ਦਾ ਹੀ ਨਹੀਂ ਬਣਿਆ ਕਿ ਇੱਕ ਦੂਜੇ ਬੇਬੀ ਨੂੰ ਵੀ ਕੱਢ ਸਕਣ ਇਹ।
ਜਿਵੇਂ ਤੁਸੀਂ ਦੱਸਿਆ ਟੈਕਨੀਕਲੀ ਸਾਨੂੰ ਸਮਝਾਇਆ ਅਤੇ ਉਸ ਜਿਹੜੀ ਤੁਸੀਂ ਸਮਝਾਇਆ ਕਿ ਜਿਹੜੀ ਦੂਰੀ ਬਣ ਸਕਦੀ ਹੈ ਨਾ, ਉਸ ਨੂੰ ਕਿਵੇਂ ਕਵਰ ਕੀਤਾ ਜਾ ਸਕਦਾ ਸੀ? ਐਕਚੁਅਲੀ ਦੇਖੋ ਜੀ, ਮੈਂ ਹੁਣ ਇਹੀ ਸੋਚੇ ਸੋਚ ਕੇ ਆ ਬੈਠਾ ਸੀ ਘਰੇ, ਲਾਈਕ ਕਿ ਜਦੋਂ ਆਪਾਂ ਇੱਕ ਕਿਸੇ ਦੀ ਲਾਈਵ ਲੋਕੇਸ਼ਨ ਪਾਵਾਂਗੇ, ਤਾਂ ਮੰਨ ਲਓ ਇਹ ਲਾਈਵ ਲੋਕੇਸ਼ਨ ਇੱਥੋਂ ਹੈ ਜੀ, ਜਦੋਂ ਆਪਾਂ ਦੂਸਰੇ ਪੈਪ ਤੋਂ ਲਾਈਵ ਲੋਕੇਸ਼ਨ ਪਾਵਾਂਗੇ, ਜੇ ਉੱਥੇ ਇੰਟਰਨੈਟ ਜਾਂ GPS ਜਾਂ ਕੋਈ ਉੱਥੇ ਨੈਟਵਰਕ ਏਰੀਆ ਪ੍ਰੋਪਰ ਆਪਾਂ ਕਿਸੇ ਵਾਇਰ ਜਾਂ ਤਾਂ ਵਾਇਰ ਇੰਟਰਨੈਟ ਨਾਲ ਵੀ ਲਾ ਸਕਦੇ ਹਾਂ ਪ੍ਰੋਪਰ ਏਰੀਆ ਲਾਈਕ, ਤਾਂ ਆਪਾਂ ਇੱਕ ਦੂਜੇ ਦੀ ਲੋਕੇਸ਼ਨ ਦਾ ਡਿਸਟੈਂਸ ਦੇਖੋ ਵੀ ਧਰਤੀ ਦੇ ਅੰਦਰ ਹੁਣ ਨਹੀਂ ਪਤਾ ਲੱਗਦਾ ਵੀ ਡਿਸਟੈਂਸ ਕਿੱਥੇ ਹੈ, ਤਾਂ ਆਪਾਂ ਨੂੰ ਕੋਈ ਪ੍ਰੋਪਰ ਇਕਵਿਪਮੈਂਟ ਐਵੇਂ ਦਾ ਹੋਣਾ ਚਾਹੀਦਾ ਜਿਹੜਾ ਉਹਨਾਂ ਨੂੰ ਇੱਧਰਲੀ ਅਤੇ ਇੱਧਰਲੀ ਲੋਕੇਸ਼ਨ ਦਾ ਪ੍ਰੋਪਰ ਇਕਵਿਪਮੈਂਟ ਪਤਾ ਲੱਗੇ ਵੀ ਕਿੰਨੀ ਡਿਸਟੈਂਸ 'ਤੇ ਹੈ। ਕੀ ਲੱਗਦਾ ਜੀ, ਜਿਹੜਾ ਇਹ ਰੈਸਕਿਊ ਚਲਾਇਆ ਜਾ ਰਿਹਾ ਹੈ ਕਿਤੇ ਹਵਾ ਦੇ ਵਿੱਚ ਹੀ ਤੀਰ ਮਾਰੇ ਜਾ ਰਹੇ ਹੈ? ਯੈਸ, ਦੈਟਸ ਇਜ਼ ਗੁੱਡ ਪੁਆਇੰਟ। ਇਹ ਇੱਕ ਐਕਚੁਅਲੀ ਜੀ, ਇਹਨਾਂ ਨੇ ਪਾਈਪ ਜੋ ਸਭ ਤੋਂ ਪਹਿਲੀ ਪੜੋਲੀ ਪਾਈ ਸੀ ਉਹਦੇ ਵਿੱਚ ਇੱਕ ਵਿੰਡੋ ਸ਼ਾਇਦ ਛੱਡੀ ਹੋਣੀ, ਆਈ ਡੋਂਟ ਨੋ, ਮੈਨੂੰ ਨਹੀਂ ਪਤਾ, ਦੈਟ ਟਾਈਮ ਮੈਂ ਨਹੀਂ ਹੈਗਾ ਸੀ ਉਸ ਟਾਈਮ। ਮੰਨ ਲਓ ਇਹਨਾਂ ਨੇ ਪੜੋਲੀ ਛੱਡ ਲਈ ਜੀ, ਠੀਕ ਹੈ, ਮੰਨ ਲਓ ਜਿਹੜਾ ਇਹਨਾਂ ਨੇ ਪਾਈਪ ਪਾਇਆ ਉਹ ਸਿੱਧਾ ਪਾਇਆ, ਫਤਿਹਵੀਰ ਸਿੰਘ ਦਾ ਪਾਈਪ ਕੀ ਪਤਾ ਥੋੜ੍ਹਾ ਜਿਹਾ ਟੇਢਾ ਹੋਵੇ, ਤਾਂ ਜਿਹੜੀ ਵਿੰਡੋ ਇੱਥੇ ਹੈ ਜੀ ਇਹ ਇੱਧਰ ਨੂੰ ਜਾ ਰਹੇ ਹੋਣ, ਫਤਿਹਵੀਰ ਸਿੰਘ ਇੱਥੇ ਹੋਵੇ, ਇਹਨਾਂ ਕੋਲ ਕੋਈ ਲੋਜੀਕਲੀ ਪਰੂਫ ਤਾਂ ਨਹੀਂ ਨਾ ਕਿ ਫਤਿਹਵੀਰ ਸਿੰਘ ਇੱਥੇ ਅਸੀਂ ਵਿੰਡੋ ਇੱਥੇ ਛੱਡਣੀ ਹੈ। ਇਹਨਾਂ ਨੇ ਦੋ ਇਹ ਪਾਇਪ ਫਤਿਹਵੀਰ ਸਿੰਘ ਦੀ ਹੈ, ਇੱਥੋਂ ਇਹ ਪਾਇਪ ਪਾਈ, ਕੀ ਪਤਾ ਇਹ ਪਾਇਪ ਟੇਢੀ ਪੈ ਗਈ ਹੋਵੇ, ਜਦੋਂ ਇਹ ਪਾਈਪ ਟੇਢੀ ਪੈ ਗਈ ਤਾਂ 1 ਇੰਚ ਦਾ ਡਿਸਟੈਂਸ ਜੇ ਉੱਤੇ ਮੰਨ ਕੇ ਚੱਲੀਏ ਨੀਚੇ ਗਿਆ ਤਾਂ ਬਹੁਤ ਜ਼ਿਆਦਾ ਵੱਜੂਗਾ, ਅਤੇ ਇਹ ਡਿਸਟੈਂਸ ਜਾ ਕੇ ਫੁੱਟਾਂ 'ਚ ਹੋ ਜਾਣਾ, ਲਾਈਕ ਜੇ 10 ਉੱਤੋਂ 1 ਇੰਚ ਪਾਉਂਦੇ ਹੋ ਤਾਂ 120 ਫੁੱਟ 'ਤੇ ਜਾ ਕੇ 120 ਇੰਚ ਹੋ ਜਾਣਾ, ਯਾਨੀ ਕਿ 10 ਫੁੱਟ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕਿਉਂਕਿ ਦੋਵਾਂ ਦੀ ਲੋਕੇਸ਼ਨ ਦਾ ਜਿਹੜਾ ਐਗਜੈਕਟ ਇਕਿਊਪਮੈਂਟ ਨਹੀਂ ਸੀ, ਅਤੇ ਇੱਥੇ ਗਲਤੀ ਕਿਸ ਦੀ ਨਿਕਲਦੀ ਹੈ? ਇੱਥੇ ਗਲਤੀ ਮੈਂ ਤਾਂ ਹੀ ਕਹੂੰਗਾ ਜੀ, ਸਰਕਾਰ ਦੀ ਨਿਕਲ ਗਿਆ, ਜੋ ਉਹਨਾਂ ਕੋਲ ਇੰਨੀ ਮਾਇੰਡ ਸੈਟ ਉਹਨਾਂ ਦੀ ਨੌਲੇਜ 'ਚ ਇਹ ਚੀਜ਼ ਨਹੀਂ ਆਈ ਕਿ ਆਪਾਂ ਫਤਿਹਵੀਰ ਸਿੰਘ ਦੀ ਐਗਜੈਕਟ ਲੋਕੇਸ਼ਨ ਕਿੱਦਾਂ ਲੱਭੀ ਹੈ। ਇੱਥੇ ਇੱਕ ਪ੍ਰੋਪਰ ਇੰਜੀਨੀਅਰ ਬੁਲਾਉਣਾ ਚਾਹੀਦਾ ਸੀ ਇਹਨਾਂ ਨੂੰ ਵੀ ਫਤਿਹਵੀਰ ਸਿੰਘ ਦੀ ਐਗਜੈਕਟ ਲੋਕੇਸ਼ਨ ਲੱਭੇ, ਲਾਈਕ ਫਤਿਹਵੀਰ ਸਿੰਘ ਦੀ ਐਗਜੈਕਟ ਲੋਕੇਸ਼ਨ ਇੱਥੇ ਆ, ਆਪਾਂ ਇੱਥੇ ਬੋਰ ਕਰੀਏ, ਇੱਥੇ ਲਾਈਕ ਬੋਰ ਕੋਈ ਆਉਂਦਾ ਇੱਥੇ ਬੋਰ ਕਰਤਾ, ਇਹਨਾਂ ਨੇ ਕਿਸੇ ਤੋਂ ਪੁੱਛ ਕੇ ਬੋਰ ਨਹੀਂ ਕਰਿਆ, ਠੀਕ ਹੈ, ਇਹਨਾਂ ਨੇ ਆਪ ਬੋਰ ਕਰਨਾ ਸ਼ੁਰੂ ਕਰਤਾ, ਆਪ ਖੋਦੀ ਗਏ। ਇਹਨਾਂ ਨੂੰ ਐਗਜੈਕਟ ਜਦੋਂ ਲੋਕੇਸ਼ਨ ਹੀ ਨਾ ਪਤਾ ਬੋਰ ਕਰਨ ਦਾ ਫਾਇਦਾ ਕੀ ਹੋਇਆ ਸਰ? ਜਦੋਂ ਐਗਜੈਕਟ ਬੱਚੇ ਦੀ ਲੋਕੇਸ਼ਨ ਪਤਾ ਹੋਊਗੀ, ਜੇ ਇੰਜੀਨੀਅਰ ਆ ਉਹਨੂੰ ਐਗਜੈਕਟ ਲੋਕੇਸ਼ਨ ਦੱਸੀ, ਉਹ ਆਪਦੀ ਇੰਜੀਨੀਅਰ ਟੈਕਨੋਲੋਜੀ ਟੈਕਨੀਕ ਦੇ ਹਿਸਾਬ ਨਾਲ ਹੀ ਦੱਸੂਗਾ ਵੀ ਬੋਰ ਇੱਥੇ ਕਰੇ ਦਾ ਫਾਇਦਾ, ਆਪਾਂ ਤੀਰ 'ਚ ਤੁੱਕੇ ਮਾਰਨ ਨਾਲ ਥੋੜ੍ਹੀ ਕੰਮ ਹੈ ਸਰ ਇਹ। ਬਿਲਕੁਲ ਜੀ, ਥੈਂਕ ਯੂ ਸਾਨੂੰ ਸਮਝਾਉਣ ਦੇ ਲਈ। ਇਹ ਸੀ ਸਰਬਜੀਤ ਸਿੰਘ ਜਿਨ੍ਹਾਂ ਵੱਲੋਂ ਟੈਕਨੀਕਲ ਪੁਆਇੰਟ ਸਮਝਾਏ ਗਏ ਨੇ ਅਤੇ ਦੱਸਿਆ ਗਿਆ ਹੈ ਕਿ ਕਿਵੇਂ ਜਦੋਂ ਫਤਿਹਵੀਰ ਇੱਕ ਬੋਰ ਦੇ ਵਿੱਚ ਡਿੱਗਿਆ ਅਤੇ ਉਸਦੀ ਲੋਕੇਸ਼ਨ ਨਹੀਂ ਪਤਾ, ਉਹ ਪਾਈਪ ਟੇਢਾ ਵੀ ਹੋ ਸਕਦਾ ਹੈ ਅਤੇ ਦੂਸਰਾ ਜਿਹੜੀ ਟਨਲ ਪੱਟੀ ਗਈ ਹੈ ਉਹ ਜੇ ਸਿੱਧੀ ਵੀ ਹੋਵੇਗੀ ਤਾਂ ਉਹਨਾਂ ਦਾ ਡਿਸਟੈਂਸ ਕਾਫੀ ਹੋ ਜਾਵੇ ਹੁੰਦਾ ਹੈ ਅਤੇ ਜਿਸ ਤੋਂ ਬਾਅਦ ਹਾਂਜੀ ਦੱਸੋ ਕਿ ਜਦੋਂ ਦੇਖੋ ਜੀ ਇਹ ਇੱਕ ਸਾਡੀ ਛੋਟੀ ਸਿਟੀ ਹੈ ਸੁਨਾਮ, ਠੀਕ ਹੈ, ਇੱਕ ਬੱਚਾ ਡਿੱਗ ਗਿਆ, ਕੈਪਟਨ ਸਾਹਿਬ ਕੋਲ ਇਹ ਗੱਲ ਪਹੁੰਚੀ ਨਹੀਂ ਜੀ, ਉਹਨਾਂ ਨੇ ਵੀ ਕੋਈ ਐਕਸ਼ ਮੌਜੂਦਾ ਸਰਕਾਰ ਉਹਨਾਂ ਦੀ ਹੈ ਜੀ, ਮੈਂ ਇੱਕ ਪਰਟੀਕੁਲਰ ਪਰਸਨ ਨੂੰ ਨਹੀਂ ਕਹਿ ਰਿਹਾ, ਅਸੀਂ ਜਿਨ੍ਹਾਂ ਦੇ ਹੱਥ 'ਚ ਆਪਦਾ ਪੰਜਾਬ ਸਿਟੀ ਫੜਾਈ ਹੈ, ਜਿਨ੍ਹਾਂ ਦੇ ਹੱਥ 'ਚ ਅਸੀਂ ਆਪਦਾ ਦੇਸ਼ ਫੜਾਇਆ ਜੀ, ਉਹਨਾਂ ਦੇ ਕੰਨਾਂ 'ਚ ਇਹ ਖਬਰ ਨਹੀਂ ਗਈ। ਅਗਰ ਉਹਨਾਂ ਦੇ ਕੰਨਾਂ 'ਚ ਇਹ ਖਬਰ ਗਈ ਹੈ ਜੀ, ਤਾਂ ਉਹਨਾਂ ਨੂੰ ਕੁਛ ਟੈਕਨੀਕਲ ਵੇ ਨਾਲ ਕੁਛ ਵਧੀਆ ਜਿਹਾ ਇੰਜੀਨੀਅਰ ਸਾਨੂੰ ਪ੍ਰੋਵਾਈਡ ਕਰਵਾ ਕੇ ਇੱਥੇ ਭੇਜਣਾ ਚਾਹੀਦਾ, ਜੋ ਤਾਂ ਜੋ ਫਤਿਹਵੀਰ ਸਿੰਘ ਬਾਹਰ ਆ ਸਕੇ। ਤਾਂ ਇਹਨਾਂ ਨੇ ਦੱਸਿਆ ਕਿ ਟੈਕਨੀਕਲ ਜਿਹੜੇ ਇੰਜੀਨੀਅਰ ਬੁਲਾਉਣੇ ਚਾਹੀਦੇ ਸੀ ਇੱਥੇ ਅਤੇ ਪ੍ਰੋਪਰ ਵੇ ਦੇ ਨਾਲ ਕੰਮ ਕਰਨਾ ਚਾਹੀਦਾ ਸੀ, ਐਗਜੈਕਟ ਲੋਕੇਸ਼ਨ ਪਤਾ ਕਰਨ ਤੋਂ ਬਾਅਦ ਹੀ ਜਿਹੜਾ ਟਨਲ ਬਣਾਈ ਜਾਣੀ ਚਾਹੀਦੀ ਸੀ, ਕਿਤੇ ਨਾ ਕਿਤੇ ਜਿਹੜੇ ਇਹ ਲੋਕਾਂ ਨੇ ਜਿਹੜੀ ਟਨਲ ਬਣਾਈ ਹੈ ਉਹ ਸਿਰਫ ਹਵਾ ਦੇ ਵਿੱਚ ਤੀਰ ਮਾਰਨ ਵਾਲੀ ਗੱਲ ਕੀਤੀ ਹੈ ਅਤੇ ਪ੍ਰਸ਼ਾਸਨ ਅਤੇ ਸਰਕਾਰ 'ਤੇ ਸਵਾਲ ਵੀ ਚੁੱਕੇ ਨੇ। ਕੈਮਰਾਮੈਨ ਹੈਪੀ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਪਿੰਡ ਭਗਵਾਨਪੁਰਾ, ਸੁਨਾਮ।